forces. Out, out. Indian forces. Out, out. Indian forces. Out, out. Kashmir. Jindabad. Palestine. Jindabad. Kashmir. Jindabad. We want freedom. 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 We shall have freedom. We shall have freedom. We shall have freedom. ਅੱਜ ਲੰਡਨ ਦੇ ਵਿੱਚ ਜੋ ਇੰਡੀਅਨ ਹਾਈ ਕਮਿਸ਼ਨ ਦੇ ਸਾਹਮਣੇ ਇੱਥੋਂ ਦੇ ਸਿੱਖਾਂ ਵੱਲੋਂ ਔਰ ਕਸ਼ਮੀਰੀ ਭਰਾਵਾਂ ਅਸੀਂ ਇਸ ਆਜ਼ਾਦੀ ਦਾ ਬਾਈਕਾਟ ਕਰਦੇ ਹਾਂ ਕਿਉਂਕਿ ਹਿੰਦੁਸਤਾਨ ਦੇ ਅੰਦਰ ਅੱਜ ਵੀ ਸਾਡਾ ਘੱਟ ਗਿਣਤੀਆਂ ਦਾ ਜਿਹੜਾ ਉਹ ਕਤਲੇਆਮ ਜਿਹੜਾ ਹਿੰਦੁਸਤਾਨ ਦੀਆਂ ਸਰਕਾਰਾਂ ਵੱਲੋਂ ਹੋ ਰਿਹਾ ਔਰ ਇਹ ਜਿਹੜਾ ਇਨਸਾਫ ਸਾਨੂੰ ਤਦ ਹੀ ਮਿਲੇਗਾ ਜੇਕਰ ਜਿਹੜਾ ਸਾਡਾ ਹਿੰਦੂ ਜੋ ਸਾਡੀ ਸਿੱਖ ਕੌਮ ਹੈ ਸਾਡਾ ਜਿਹੜਾ ਨਿਸ਼ਾਨਾ ਖਾਲਿਸਤਾਨ ਦੀ ਪ੍ਰਾਪਤੀ ਉਹਦੇ ਲਈ ਅਸੀਂ ਦੁਨੀਆ ਭਰ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਾਂ ਡਟ ਕੇ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਸੰਘਰਸ਼ ਲੜੀਏ ਔਰ 15 ਅਗਸਤ ਨੂੰ ਅੱਜ ਤੋਂ 70 ਸਾਲ ਪਹਿਲਾਂ ਇੰਡੀਆ ਨੂੰ ਆਜ਼ਾਦੀ ਮਿਲੀ ਸੀ ਉਹਦੇ ਵਿੱਚ 90% ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਪਰ ਸਭ ਤੋਂ ਜ਼ਿਆਦਾ ਜ਼ੁਲਮ ਉੱਥੇ ਸਿੱਖਾਂ ਅਤੇ ਮੁਸਲਮਾਨਾਂ 'ਤੇ ਹੋਏ ਹਨ ਸੋ ਅਸੀਂ ਇਸ ਅਖੌਤੀ ਆਜ਼ਾਦੀ ਦਿਹਾੜੇ ਦਾ ਬਾਈਕਾਟ ਕਰਦੇ ਹੋਏ ਆਪਣੀ ਆਜ਼ਾਦੀ ਦਾ ਮੁਸਲਮਾਨਾਂ ਦੀ ਆਜ਼ਾਦੀ ਦਾ ਐਲਾਨ ਕਰਦੇ ਹਾਂ ਔਰ ਜਿੰਨਾ ਚਿਰ ਮੁਸਲਮਾਨਾਂ ਨੂੰ ਕਸ਼ਮੀਰ ਦੀ ਆਜ਼ਾਦੀ ਨਹੀਂ ਮਿਲਦੀ ਜਾਂਦੀ ਸਾਡੇ ਭਰਾਵਾਂ ਨੂੰ ਔਰ ਜਿੰਨਾ ਚਿਰ ਸਿੱਖਾਂ ਨੂੰ ਖਾਲਿਸਤਾਨ ਦੀ ਆਜ਼ਾਦੀ ਨਹੀਂ ਮਿਲ ਜਾਂਦੀ ਸਾਡਾ ਖਾਲਿਸਤਾਨ ਆਜ਼ਾਦ ਨਹੀਂ ਹੁੰਦਾ ਅਸੀਂ ਲਗਾਤਾਰ ਸੰਘਰਸ਼ ਕਰਦੇ ਰਹਾਂਗੇ ਭਾਵੇਂ ਸਾਨੂੰ ਕਿਸੇ ਵੀ ਜ਼ੁਲਮ ਦਾ ਸਾਹਮਣਾ ਕਰਨਾ ਪਵੇ ਮਹਾਤਮਾ ਗਾਂਧੀ ਜਬ 15 ਅਗਸਤ ਕੋ ਕਸ਼ਮੀਰ ਕਾ ਉਸਨੇ ਦੌਰਾ ਕੀਆ ਥਾ ਤੋ ਉਸਨੇ ਯੇ ਕਹਾ ਥਾ ਕਿ ਸਹੀ ਮਾਨੋ ਮੇਂ ਇੰਡੀਆ ਕਾ ਯੋਮੇ ਜਮਹੂਰੀਆ ਉਸ ਦਿਨ ਹੋਗਾ ਜਿਸ ਦਿਨ ਕਸ਼ਮੀਰੀਓ ਕੋ ਉਨਕਾ ਹੱਕ ਖੁਦ ਇਰਾਦੀਅਤ ਮਿਲੇਗਾ ਆਜ ਹਮ ਉਸੀ ਹੱਕ ਕੋ ਹਾਸਲ ਕਰਨਾ ਚਾਹਤੇ ਹੈ ਜੋ ਇੰਡੀਆ ਕੇ ਸਬਸੇ ਬੜੇ ਲੀਡਰ ਮਹਾਤਮਾ ਗਾਂਧੀ ਨੇ ਜਿਸ ਕਾ ਵਾਅਦਾ ਕੀਆ ਥਾ ਆਜ ਕਸ਼ਮੀਰੀ ਉਸ ਵਾਅਦੇ ਕੋ ਯਾਦ ਐਲਾਨੇ ਕੇ ਲੀਏ ਜੋ ਹੈ ਆਜ ਮੈਦਾਨ ਕੇ ਅੰਦਰ ਆਏ ਹੋਏ ਹੈ ਇਨਸ਼ਾਅੱਲਾ ਹਮ ਉਸ ਵਕਤ ਤੱਕ ਚੈਨ ਸੇ ਨਹੀਂ ਬੈਠੇਂਗੇ ਜਬ ਤੱਕ ਕਸ਼ਮੀਰ ਕੇ ਮਜ਼ਲੂਮ ਮੁਸਲਮਾਨੋ ਕੋ ਹੱਕ ਖੁਦ ਇਰਾਦੀਅਤ ਨਹੀਂ ਮਿਲ ਜਾਤਾ ਮੋਦੀ ਕਾ ਜੋ ਆਜ ਕਾ ਬਿਆਨ ਹੈ ਯੇ ਏਕ ਡੋਂਗ ਹੈ ਯੇ ਮਹਿਜ਼ ਕਸ਼ਮੀਰੀਓ ਕੋ ਵਰਗਲਾਨੇ ਕੀ ਸਾਜ਼ਿਸ਼ ਹੈ ਅਗਰ ਵੋ ਯੇ ਸਮਝਤਾ ਹੈ ਕਿ ਕਸ਼ਮੀਰੀਓ ਕੇ ਸਾਥ ਡਾਇਲਾਗ ਕਰਨੇ ਹੈ ਤੋ ਫਿਰ ਡਾਇਲਾਗ ਵੋ ਹੋਣੇ ਚਾਹੀਏ ਜੋ ਅਕਵਾਮ ਮੁਤਾਹਿਦਾ ਨੇ ਤਸਲੀਮ ਕੀ ਇੰਡੀਆ and India was declared a democratic country and India claims to be largest democracy in the world but the reality is the democracy is only for the majority people minorities and so called backward classes are suffering in India be it Punjab be it Kashmir be it Mizoram Assam Nagaland wherever you name it by the state terrorism basic human rights are violated every single day in the UP 63 children died just because lack of oxygen in the hospital the government is spending millions to buy MPs MLAs to form and destroy the governments of other people whereas they save the 63 people just for 70 lakh Indian rupees to buy the oxygen for them on this day I congratulate Pakistan people because they got separate democratic the country but we are suffering in India and Sikhs since we were promised a separate with special rights of state in Punjab but sadly that never took place and they can't look at India basic human rights are violated every single day India yaad hoya ਉਦੋਂ ਤੋਂ ਲਾ ਕੇ ਹੀ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਜਿਹੜਾ ਕਿ ਇਹਨਾਂ ਨੇ ਲੀਡਰਾਂ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਤੁਹਾਨੂੰ ਇਹੋ ਜਿਹਾ ਖਿੱਤਾ ਦੇਵਾਂਗੇ ਪੰਜਾਬ ਦੇ ਵਿੱਚ ਜਿੱਥੇ ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਰ ਸਕੋ ਲੇਕਿਨ ਹੋਇਆ ਕਿ ਆਜ਼ਾਦ ਹੋਣ ਤੋਂ ਬਾਅਦ ਵੀ ਆਜ਼ਾਦੀ ਕੁਝ ਘਰਾਂ ਦੇ ਘਰ ਵਿੱਚ ਰਹਿ ਗਈ ਸਾਰੇ ਸਿੱਖ ਮੰਨ ਲਓ ਜਿੱਥੇ ਇੰਡੀਆ ਦੇ ਵਿੱਚ ਇਕੱਲਾ ਇਕੱਲਾ ਸਾਰੇ ਵਿਚਾਰੇ ਧੱਕੇ ਕਰ ਰਿਹਾ ਕਿਸੇ ਨਾਲ ਕੋਈ ਇਨਸਾਫ ਨਹੀਂ ਹੋ ਰਿਹਾ ਕਸ਼ਮੀਰ ਵਿੱਚ ਵੀ ਇਸ ਤਰ੍ਹਾਂ ਹੀ ਆ ਜਿੱਦਾਂ ਪੰਜਾਬ ਦੇ ਵਿੱਚ ਇਹਨਾਂ ਨੇ ਝੂਠੇ ਮੁਕਾਬਲੇ ਬਣਾ ਕੇ ਸਿੱਖਾਂ ਨੂੰ ਮਾਰਿਆ ਇੱਦਾਂ ਹੀ ਕਸ਼ਮੀਰ ਦੇ ਵਿੱਚ ਹੁਣ ਹੋ ਰਿਹਾ ਸੋ ਸਾਧ ਸੰਗਤ ਜੀ ਅਸੀਂ ਸਾਰੀ ਵਰਲਡ ਦੇ ਵਿੱਚ ਹਿਊਮਨ ਰਾਈਟਸ ਜਿੱਥੇ ਜਿੱਥੇ ਵੀ ਹੈਗਾ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਮਦਦ ਕਿਤੋਂ ਤੱਕ ਮੇਰੀ ਆਵਾਜ਼ ਜਾਂਦੀ ਆ ਸਾਡੇ ਨਾਲ ਮੋਢੇ ਨਾਲ ਮੋਢਾ ਜੋੜੋ ਸਿੱਖ ਜਿੰਦੀਆਂ ਇਕੱਠੇ ਹੋਣ ਮੁਸਲਮਾਨ ਵੀਰ ਇਕੱਠੇ ਹੋਣ ਤਾਂ ਕਿ ਆਪਣਾ ਸੰਘਰਸ਼ ਲੜ ਕੇ ਆਜ਼ਾਦੀ ਲੈ ਸਕੀਏ